ਫਰਿਸ਼ਤੇ ਮਦੀਨੇ ਆਣ ਡਏ ਤੇ ਫਿਤਰਸ ਕਹਿੰਦਾ ਮੈਨੂੰ ਵੀ ਲੈ ਜਾਓ। ਫਿਤਰਸ ਨੂੰ ਲੈ ਕੇ ਮਦੀਨੇ ਆ ਗਏ। ਆ ਕੇ ਜਨਾਬ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕਦਮਾਂ 'ਚ ਬਹਿ ਕੇ ਫਿਤਰਸ ਕਹਿੰਦਾ ਮੌਲਾ ਮੇਰੀ ਵੀ ਮਾਫ਼ੀ ਹੋ ਸਕਦੀ ਹੈ। ਲਸ਼ਕਾਰਾ ਸਾਹਿਬ ਬਹਿ ਜਾਓ। ਸਰਕਾਰ ਮੇਰੀ ਵੀ ਮਾਫ਼ੀ ਹੋ ਸਕਦੀ ਹੈ। ਜਨਾਬ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਫਿਤਰਸ ਜਾਓ ਹੀ ਝੂਲਾ ਮੇਰੇ ਹੁਸੈਨ ਦਾ, ਉਸ ਝੂਲੇ ਨੂੰ ਜਾ ਕੇ ਝੁਲਾ, ਤੇਰੀ ਮਾਫ਼ੀ ਹੋ ਗਈ। ਕੋਸ਼ਿਸ਼ ਕਰੀ ਮੇਰੇ ਹੁਸੈਨ ਦੇ ਝੂਲੇ ਨਾਲ ਮਸ ਹੋਣ ਦੀ, ਤੇਰੇ ਪਰ ਵੀ ਆ ਜਾਣ। ਝੂਲਾ ਕਿਹਦਾ? ਜਨਾਬੇ ਹੁਸੈਨ ਦਾ। ਝੂਲਾ ਕਿਹਦਾ? ਜਨਾਬੇ ਹੁਸੈਨ ਦਾ। ਅਤੇ ਸ਼ਿਫਾ ਕਿਹਨੂੰ ਮਿਲ ਰਹੀ ਹੈ? ਫਰਿਸ਼ਤੇ ਨੂੰ। ਇਹ ਹੈ ਝੂਲਾ ਜਨਾਬੇ ਹੁਸੈਨ ਦਾ, ਅਤੇ ਸ਼ਿਫਾ ਮਿਲ ਰਹੀ ਹੈ ਫਰਿਸ਼ਤਿਆਂ ਨੂੰ। ਝੂਲਾ ਹੈ ਕਾਇਨਾਤ ਦੇ ਵਿੱਚ ਜਨਾਬ ਹੁਸੈਨ ਦੇ ਪੁੱਤਰ ਅਲੀ ਅਸਗਰ ਦਾ। ਇਸ ਝੂਲੇ ਤੋਂ ਫਰਿਸ਼ਤਿਆਂ ਨੂੰ ਸ਼ਫਾਵਾਂ ਮਿਲੀਆਂ, ਜਨਾਬ ਅਲੀ ਅਸਗਰ ਦੇ ਝੂਲੇ ਤੋਂ ਕੀ ਮਿਲਦਾ ਆਇਆ ਹੈ, ਕੀ ਮਿਲ ਰਿਹਾ ਹੈ, ਅਤੇ ਇਨਸ਼ਾਅੱਲਾ ਬੜਾ ਕੁਝ ਮਿਲਦਾ ਰਹਿਣਾ ਹੈ। ਤੇਰੇ ਝੂਲੇ ਤੋਂ ਵੀ ਮੰਗਦੇ ਦੁਆਸ, ਤੇਰੇ ਝੂਲੇ ਤੋਂ ਵੀ ਮੰਗਦੇ ਦੁਆਸ, ਤੇਰੇ ਝੂਲੇ ਤੋਂ ਵੀ ਮੰਗਦੇ ਦੁਆਸ, ਤੇਰੇ ਝੂਲੇ ਤੋਂ ਵੀ ਮੰਗਦੇ ਦੁਆਸ। ਪੁੱਤ ਮੰਗਦੀਆਂ ਦੇ ਕੋਲੋਂ ਸਾਨੂੰ ਚਾਹੀਦਾ, ਅੱਲਾ ਦੀ ਸੋ ਮਿਲ
اللہ سونا جیڑا جیڑا بے اولاد ہے انہوں اولاد رینا عطا فرمائے، جیڑی ماں لفظ ماں نو ترسن دئیے، سائیں صادق سائیں بادشاہ دی نگری دے وچ کھلو کے اللہ دی بارگاہ چ پاک بی بی زہرا دا واسطہ دے کے عرض کردا، اللہ سونیا جناب بابا صادق سائیں دے جوڑیاں دا صدقہ، پاک محمد و آل محمد دی آل اولاد دے جوڑیاں دا صدقہ، میں مسکین سمیت اسی جننے بھی ایتھے آئے ہاں مولا چوڑیاں پر کے جائیں، الہی آمین انشاءاللہ، بالخصوص جڑے بے اولاد نے جناب علی اصغر دا صدقہ مولا انہوں نے پتر عطا فرمائے، سن لے عرض مولا اپنے آباد دی، مانگ دیا ہے دے کو نماز، مانگ دیا ہے دے کو نماز،